ਪੱਛਮੀ ਕੈਨੇਡਾ ਦੇ ਵਿੱਚ ਹਜ਼ਾਰਾਂ ਲੋਕ ਆਪਣੇ ਘਰਾਂ ਤੋਂ ਬਾਹਰ ਰਹਿੰਦੇ ਨੇ ਕਿਉਂਕਿ ਜੰਗਲੀ ਅੱਗ ਉਹਨਾਂ ਦੇ ਭਾਈਚਾਰਿਆਂ ਨੂੰ ਖਤਰਾ ਬਣਾ ਰਹੀ ਹੈ, ਜਿਸ ਦੇ ਨਾਲ ਨਿਕਾਸੀ ਦੇ ਆਦੇਸ਼ 'ਤੇ ਚੇਤਾਵਨੀਆਂ ਜਾਰੀ ਹੁੰਦੀਆਂ ਨੇ। BC ਵਿੱਚ ਫੋਰਟ ਨੈਲਸਨ ਦੇ ਉੱਤਰ ਪੂਰਬੀ ਭਾਈਚਾਰੇ ਦੇ ਆਲੇ ਦੁਆਲੇ ਦਾ ਇੱਕ ਚੌਥਾ ਖੇਤਰ ਖਾਲੀ ਕਰਵਾਇਆ ਜਾ ਰਿਹਾ ਹੈ। ਪਾਰਕਰ ਝੀਲ ਦੇ ਜੰਗਲੀ ਅੱਗ ਦੇ ਨੇੜੇ ਹੀ ਇਹ ਬਲ ਰਹੀ ਹੈ ਅਤੇ ਵੱਡੀ ਪੈਟਰੀ ਕ੍ਰੀਕ ਜੰਗਲ ਦੀ ਅੱਗ ਉੱਤਰ ਪੱਛਮ ਵੱਲ ਵੱਧ ਰਹੀ ਹੈ। ਐਲਬਰਟਾ ਵਿੱਚ 209 ਵਰਗ ਕਿਲੋਮੀਟਰ ਵਿੱਚ ਫੈਲੀ ਅੱਗ ਨੇ ਦੱਖਣੀ ਫੋਰਟ ਮੈਕਮਰੇ ਦੇ 6600 ਤੋਂ ਵੱਧ ਨਿਵਾਸੀਆਂ ਨੂੰ ਉਹਨਾਂ ਦੇ ਘਰਾਂ ਤੋਂ ਮੁੜਨ ਲਈ ਮਜਬੂਰ ਕਰ ਦਿੱਤਾ। 2016 ਵਿੱਚ ਇਸੇ ਤਰ੍ਹਾਂ ਦੀ ਜੰਗਲੀ ਅੱਗ ਨੇ ਆਇਲ ਸੈਂਡ ਦੇ ਬਹੁਤ ਸਾਰੇ ਹਿੱਸੇ ਨੂੰ ਤਬਾਹ ਕਰ ਦਿੱਤਾ ਸੀ ਅਤੇ ਇਸ ਦੀ ਰਿਕਵਰੀ ਦੇ ਵਿੱਚ ਕਈ ਸਾਲ ਲੱਗ ਗਏ ਸਨ। ਅਤੇ ਕ੍ਰੈਨਬੇਰੀ ਪੋਰਟੇਜ ਮੈਨੀਟੋਬਾ ਦੇ ਬਿਲਕੁਲ ਉੱਤਰ ਦੇ ਵਿੱਚ 316 ਵਰਗ ਕਿਲੋਮੀਟਰ ਦੀ ਇੱਕ ਬੇਕਾਬੂ ਜੰਗਲੀ ਅੱਗ ਨੇ ਖੇਤਰ ਦੇ ਲਗਭਗ 500 ਤੋਂ ਵੱਧ ਸਥਾਨਕ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਕਰ ਦਿੱਤਾ। ਮੈਟਰੋ ਵੈਨਕੂਵਰ ਦੇ ਵਿੱਚ ਡਰਾਈਵਰਾਂ ਨੇ ਰਾਤੋ ਰਾਤ ਗੈਸ ਦੀਆਂ ਕੀਮਤਾਂ ਵਿੱਚ ਇੱਕ ਧਿਆਨ ਦੇਣ ਯੋਗ ਗਿਰਾਵਟ ਦੇਖੀ ਹੈ। ਇਹ ਗਿਰਾਵਟ 6 ਸੈਂਟ ਦੀ ਸੀ। ਗੈਸਬਰੀ ਦੇ ਮੁਤਾਬਕ ਮੈਟਰੋ ਵੈਨਕੂਵਰ ਦੇ ਆਲੇ ਦੁਆਲੇ ਜ਼ਿਆਦਾਤਰ ਕੀਮਤਾਂ $2.08.9 ਦੇ ਆਸੇ ਪਾਸੇ ਹੈ ਅਤੇ ਰਿਚਮੰਡ ਦੇ ਵਿੱਚ $2.04.9 ਤੱਕ ਘੱਟ ਹੋ ਸਕਦੀਆਂ ਨੇ। ਕੈਨੇਡੀਅਨਸ ਫੋਰ ਅਫੋਰਡੇਬਲ ਐਨਰਜੀ ਦੇ ਪ੍ਰਧਾਨ ਨੇ ਇਹ ਗੱਲ ਕਹੀ ਹੈ ਕਿ ਇਸ ਖੇਤਰ ਦੇ ਵਿੱਚ 5 ਸੈਂਟ ਦੀ ਹੋਰ ਗਿਰਾਵਟ ਆਉਣ ਦੀ ਸੰਭਾਵਨਾ। ਜੋ ਅੱਜ ਰਾਤ ਤੱਕ ਕੋਈ ਇੰਤਜ਼ਾਰ ਕਰੇ ਤਾਂ 5 ਸੈਂਟ ਪ੍ਰਤੀ ਲੀਟਰ ਦੀ ਕਮੀ ਜਿਹੜੀ ਹੈ ਉਹ ਦੇਖੀ ਜਾ ਸਕਦੀ ਹੈ। ਇਸ ਲਈ ਮੈਟਰੋ ਵੈਨਕੂਵਰ ਵਿੱਚ ਚੋਟੀ ਦੀਆਂ ਕੀਮਤਾਂ $2.05.9 ਜਾਂ ਘੱਟ ਹੋਣਗੀਆਂ। ਕੀਮਤਾਂ ਲਗਭਗ 1.5 ਹਫ਼ਤਾ ਪਹਿਲਾਂ ਉੱਥੇ ਵਾਪਸ ਆ ਜਾਣਗੀਆਂ ਜਦੋਂ ਇਹ $2.20 ਪ੍ਰਤੀ ਲੀਟਰ ਤੱਕ ਵਧੀਆਂ। ਟਰਾਂਸ ਮਾਊਂਟੇਨ ਐਕਸਪੈਂਸ਼ਨ ਪਾਈਪਲਾਈਨ ਦੇ ਹੁਣ ਕਾਰਜਸ਼ੀਲ ਹੋਣ ਦੇ ਨਾਲ ਨਾਲ ਹੋਰ ਬਚਤ ਵੀ ਹੋ ਸਕਦੀ ਹੈ। ਇੱਕ ਮਾਹਰ ਨੇ ਕਿਹਾ ਕਿ ਕੀਮਤਾਂ 10 ਤੇ 25 ਸੈਂਟ ਤੋਂ ਵੀ ਘਟਣਗੀਆਂ, ਪਰ ਅਸੀਂ ਨਹੀਂ ਜਾਣਦੇ ਕਿ ਚੀਜ਼ਾਂ ਕਿੱਥੇ ਸੈਟਲ ਹੋ ਰਹੀਆਂ ਨੇ। ਉਹਨਾਂ ਕਿਹਾ ਕਿ 9 ਸਾਲ ਪਹਿਲਾਂ ਤੱਕ ਲੋਅਰ ਮੇਨਲੈਂਡ ਨੇ ਐਡਮਿੰਟਨ ਵਿੱਚ ਫਿਊਲ ਦੀਆਂ ਕੀਮਤਾਂ ਇਕੱਠੇ ਟਰੈਕ ਕਰਨ ਦਾ ਰੁਝਾਨ ਸੀ, ਪਰ ਟਰਾਂਸ ਮਾਊਂਟੇਨ ਪਾਈਪਲਾਈਨ ਅਤੇ ਨਿਯਮਾਂ ਦੇ ਵਿੱਚ ਤਬਦੀਲੀਆਂ ਅਤੇ ਸੀਮਿਤ ਮਾਤਰਾ ਨੇ ਇਸ ਨੂੰ ਗੈਸੋਲੀਨ ਅਤੇ ਡੀਜ਼ਲ ਦੀ ਸਪੁਰਦਗੀ ਦੇ ਮੌਕੇ ਵਜੋਂ ਰੋਕ ਦਿੱਤਾ। ਮਤਲਬ BC ਵਧੇਰੇ ਸ਼ੁੱਧ ਬਾਲਣ ਖਰੀਦਣਾ ਜੋ ਕਿ ਰੇਲ ਦੁਆਰਾ ਭੇਜਿਆ ਗਿਆ ਸੀ ਜਾਂ ਸੰਯੁਕਤ ਰਾਜ ਤੋਂ ਆਇਆ ਸੀ, ਨਤੀਜੇ ਵਜੋਂ ਉੱਚੀਆਂ ਕੀਮਤਾਂ ਹੁੰਦੀਆਂ ਨੇ। ਹੋ ਸਕਦਾ ਹੈ ਕਿ 2015 ਤੋਂ ਪਹਿਲਾਂ ਦੀ ਲਾਗਤ ਨਾ ਹੋਵੇ, ਪਰ ਉਹ ਵੈਨਕੂਵਰ ਵਿੱਚ ਕੀਮਤਾਂ ਨੂੰ ਐਡਮਿੰਟਨ ਬਰਾਬਰ ਆਉਣ ਦੀ ਉਮੀਦ ਕਰਦੇ ਨੇ। ਉਹਨਾਂ ਕਿਹਾ ਕਿ ਲੰਮੇ ਸਮੇਂ ਵਿੱਚ US ਫਿਊਲ ਦੀ ਦਰਾਮਦ ਦੀ ਲਾਗਤ ਵੀ ਘੱਟ ਕਰ ਸਕਦੇ ਹੈ ਕਿਉਂਕਿ ਟਰਾਂਸ ਮਾਊਂਟੇਨ ਪਾਈਪਲਾਈਨ ਰਾਹੀਂ ਉੱਚ ਕੀਮਤ ਅਤੇ ਕੈਨੇਡੀਅਨ ਤੇਲ ਦੀ ਵਧੀ ਹੋਈ ਬਰਾਮਦ ਕੈਨੇਡੀਅਨ ਡਾਲਰ ਦੀ ਕੀਮਤ ਨੂੰ ਵਧਾਉਂਦੀ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ 'ਤੇ ਕਲਿੱਕ ਕਰੋ।